ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਵਿਖੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਚੋਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼ਹਿਰ ਦੇ ਇਲਾਕੇ ਸ਼ਹੀਦ ਊਧਮ ਸਿੰਘ ਨਗਰ ਵਿਖੇ, ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਨਕਦੀ ਅਤੇ ਸੋਨਿਆਂ ਦੇ ਗਹਿਣਿਆਂ ਤੇ ਆਪਣਾ ਹੱਥ ਸਾਫ਼ ਕੀਤਾ। ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸਹੁਰੇ ਘਰ ਗਏ ਹੋਏ ਸਨ ਅਤੇ ਜਦੋਂ ਵਾਪਸ ਘਰ ਪਰਤੇ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਟੁੱਟੇ ਹੋਏ ਹਨ ਅਤੇ ਅੰਦਰ ਸਾਰਾ ਸਮਾਨ ਬਿਖਰਿਆ ਪਿਆ ਹੈ। ਉਹਨਾਂ ਦੱਸਿਆ ਕਿ ਚੋਰ ਅਲਮਾਰੀ 'ਚੋਂ ਕਰੀਬ 1 ਲੱਖ ਰੁਪਏ ਦੀ ਨਕਦੀ, 2 ਸੋਨੇ ਦੀਆਂ ਮੁੰਦਰੀਆਂ ਅਤੇ ਵਾਲੀਆਂ ਲੈ ਕੇ ਫਰਾਰ ਹੋ ਗਏ। ਕੀ ਨਾਂ ਜੀ? ਕਰਨੈਲ ਚੰਦ। ਕਿੱਥੇ ਰਹਿੰਦੇ ਜੀ? ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 6। ਹਾਂਜੀ, ਕੀ ਪ੍ਰੋਬਲਮ ਹੈ ਜੀ? ਚੋਰੀ ਹੋ ਗਈ ਕੱਲ੍ਹ ਰਾਤੀ। ਅਤੇ ਤੁਸੀਂ ਕਿੱਥੇ ਗਏ ਸੀ? ਅਸੀਂ ਸੋਰਿਆਂ ਲਗੇ ਹੋਏ ਸੀਗੇ ਜੀ। ਅੱਛਾ ਜੀ, ਅਤੇ ਕਿੰਨਾ ਨੁਕਸਾਨ ਹੋ ਗਿਆ ਆਪਣਾ? ਨੁਕਸਾਨ ਬਾਈ 1.25 ਲੱਖ ਕੈਸ਼ ਪਿਆ ਸੀ, ਬਾਕੀ ਜਵੈਲਰੀ ਸੀਗੀ ਜੀ। ਜਵੈਲਰੀ ਕਿੰਨੇ ਕੁ ਦੀ ਹੋਊਗੀ? ਜਵੈਲਰੀ ਵੀ ਹੋਈ 1 ਲੱਖ ਦੀ ਹੋਏਗੀ। ਅਤੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਜੀ? ਦਿੱਤੀ ਹੈ ਸਰ। ਜਵੈਲਰੀ 'ਚ ਕੀ ਸੀ? 3 ਰਿੰਗਾਂ ਸੀ, 1 ਟੋਪਾ ਸੀ। ਕਿਸੇ ਦਾ ਕੋਈ ਸ਼ੱਕ ਸ਼ੁੱਕ? ਸ਼ੱਕ ਸਰ ਕਹਿ ਨਹੀਂ ਸਕਦੇ। ਕਿਹੜਾ ਮੱਲਾ ਪੈ ਰਿਹਾ? ਸ਼ਹੀਦ ਊਧਮ ਸਿੰਘ ਨਗਰ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਥਾਣਾ ਸਤਨਾਮਪੁਰਾ ਦੀ ਪੁਲਿਸ ਦੀ ਪੀੜਿਤ ਦੇ ਬਿਆਨਾਂ ਦੇ ਆਧਾਰ ਤੇ ਆਪਣਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਗਵਾੜਾ ਤੋਂ ਮਨੀਸ਼ ਚੱਡਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।